कोरोना महामारी की लपेट विच हर एक कारोबार आया है, पर कुछ महीने तो बाद तकरीबन सारे कारोबार चलाए जा रहे ने। इसे दौरान साउंड डीजे कलाकार अते स्टेज नाल संबंधित सारे कारोबार बंद हैं। सो डीजे एसोसीएशन पंजाब वालों मोगे शहर तो तकरीबन कोई 5 किलोमीटर लंबी रैली शुरू करके लुधियाना डीसी दफ्तर अगे नारेबाजी करदिया डीजे एसोसीएशन वाले ने प्रोग्राम खोलन की मंग की। डीजे एसोसीएशन कुराली खरड़ मोरिंडा और मोहाली वाले ने भी इस रोस रैली विच वध चढ़ के हिस्सा लिया। डीजे एसोसीएशन पंजाब दे प्रधान सुख शेरोवाल ने डिप्टी कमिश्नर लुधियाना नूं मंग पत्र सौंपिया और बाद विच आए सारे डीजे वालियां दा धन्नवाद किया। संगीत नाल संबंधित कारोबार वालियां दी सरकार कदों सार लवेगी ए तां पता नहीं, पर भुख नाल मर रहे आर्टिस्ट अपने दुख प्रगट करदिया की कहिंदे हन, आओ देखिए इस वीडियो दे राहीं। तकरीबन 6 महीने हो गए साडा कोई भी कारोबार नहीं चल रहा, साढ़े भी बच्चे है, असं भी किस्तां दें, असं भी इनकम टैक्स दें, सारे टैक्स पे कर रहे। जब हिंदुस्तान दे विच सारे काम बंद से चुप करके बैठे, फिर भी असं 3 महीने फिर भी वेट किया। अज पंजाब नहीं हिंदुस्तान दे विच 99% काम खुल गए, 1% की गल साढ़े लिए नहीं खोल सकते। साड़ी बारी की हो गया, म्यूजिक दे नाल जिन्ने भी बंदे काम करते सारे बेरोजगार आ, जी फिल्म इंडस्ट्री ले लो वो भी बेरोजगार आ, डीजे वाले वो बेरोजगार आ, लाइट वाले वो मेरिया भैन खड़िया ये आर्टिस्ट है ये बेरोजगार आ। साड़ी मंग एक ही आ, असी कहड़ा इन्हों तो राशन मंगते हैं भी सानू राशन दे दो, असी किस कोई कह दे डीजे वाले ने साउंड वाले ने सरकार तो कुछ मंगया हो, असी कुछ नहीं मंगया सरकार को, असी टैक्स भी भरया, इनकम टैक्स हूँ भर के हटे, आ लास्ट मेरा ख्याल मंथ है जो असं टैक्स भर के हटे, असी कुछ नहीं मंगया। असं तो यही मंगते हैं साढ़े कारोबार साढ़े हक सानू दे दौ। सर जी हूँ खोलना चाहिए सी, है ना, जे हूँ बुकिंग होएगी फिर ही असं काम करा, साड़ी तो बुकिंग शुरू हो जाती सी सितंबर च, सितंबर सारा महीना चला गया। साढ़े ऑफिस है ਸਾਡੀਆਂ ਗੱਡੀਆਂ ਦੀਆਂ ਕਿਸ਼ਤਾਂ ਹੈ, ਦੇਖੋ ਜੀ ਸਹੀ ਗੱਲ ਹੈ, ਸਾਡੇ ਦੇਖੋ ਸਾਡੇ ਡੀਜੇ ਵਾਲੇ ਵੀਰ ਆ, ਸਾਡੇ ਐਲਡੀ ਵੋਲਾ ਵਾਲੇ ਵੀਰ ਆ ਭਾਜੀ, ਉਹਨਾਂ ਨੇ ਸਿਰ ਤੇ ਇੰਨਾ ਇੰਨਾ ਕਰਜ਼ਾ ਚੱਕ ਕੇ ਆਪਣੇ ਡੀਜੇ ਆਪਣੇ ਐਲਡੀ ਵੋਲ ਪਾਏ ਹੋਏ ਆ, ਅੱਜ ਇਸ ਟਾਈਮ ਤੇ ਉਹ ਵਿਚਾਰੇ ਬੇਰੁਜ਼ਗਾਰ ਹੋ ਕੇ ਬੈਠੇ ਹੋਏ ਆ। ਸੋ ਸਾਡੀ ਕੈਪਟਨ ਸਰਕਾਰ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਸਾਡਾ ਕੁਛ ਸੋਚੋ, ਸਾਡੇ ਵੀ ਕੰਮ ਕਾਰ ਚਲਾਓ, ਅਸੀਂ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਜੋ ਕਿ ਆਰਟਿਸਟ ਸਾਰੇ ਅਸੀਂ ਅੱਜ ਬੇਰੁਜ਼ਗਾਰ ਹੋ ਕੇ ਬੈਠੇ ਹੋਏ ਆ, ਠੀਕ ਆ। ਇਹ ਧਰਨਾ ਇੱਥੋਂ ਤੱਕ ਹੀ ਨਹੀਂ, ਅਗਰ ਸਾਡੇ ਨਹੀਂ ਨਾ ਕੰਮ ਚਲਾਏ ਗਏ ਅਸੀਂ ਕੈਪਟਨ ਸਰਕਾਰ ਦੇ ਦਰਵਾਜ਼ੇ ਦੇ ਮੂਹਰੇ ਜਾ ਕੇ ਵੀ ਧਰਨਾ ਲਗਾਵਾਂਗੇ, ਠੀਕ ਆ ਜੀ। ਅਸਾਂ ਜੀ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਤੋਂ ਕੋਈ ਪੈਸੇ ਦੀ ਮੰਗ ਨਹੀਂ ਕਰਦੇ ਕਿ ਸਾਨੂੰ 2-3 ਹਜ਼ਾਰ ਰੁਪਇਆ ਸਾਡੇ ਬੈਂਕਾਂ 'ਚ ਪਾਓ, ਸਾਨੂੰ ਰਾਸ਼ਨ ਦਿਓ, ਅਸੀਂ ਨਾ ਅੱਜ ਤੱਕ ਮੰਗਿਆ ਜੀ 6 ਮਹੀਨੇ ਤੋਂ ਬੇਰੁਜ਼ਗਾਰ ਹੋਏ ਬੈਠੇ ਹਾਂ, ਬਟ ਅਸੀਂ ਫਿਰ ਵੀ ਕੈਪਟਨ ਸਰਕਾਰ ਅੱਗੇ ਹੱਥ ਜੋੜ ਕੇ ਆਹ ਬੇਨਤੀ ਕਰਦੇ ਹਾਂ, ਸਾਡੇ ਕੰਮ ਖੋਲ੍ਹੋ, ਸਾਡੇ ਘਰ ਦੇ ਹਾਲਾਤ ਦੇਖੋ, ਬੱਚਿਆਂ ਦੀ ਫੀਸਾਂ ਦਿੰਦੇ ਹਾਂ ਅਸੀਂ, ਅਸੀਂ ਬਿਜਲੀ ਦਾ ਬਿੱਲ ਭਰਨੇ ਆ, ਇੰਨੀਆਂ ਇੰਨੀਆਂ ਬੱਸਾਂ 'ਚ ਇੰਨੀਆਂ ਇੰਨੀਆਂ ਸਵਾਰੀਆਂ ਹੁੰਦੀਆਂ, ਉੱਥੇ ਕਰੋਨਾ ਨਹੀਂ ਹੈ, ਮਾਰਕੀਟ 'ਚ ਕਰੋਨਾ ਨਹੀਂ ਹੈ, ਇੰਨੀ ਸ਼ੋਪਿੰਗ ਲੋਕ ਕਰਦੇ ਉੱਥੇ ਕਰੋਨਾ ਨਹੀਂ ਹੈ, ਜਿੱਥੇ 4-4, 5-5 ਕਿੱਲਿਆਂ ਦਾ ਪੈਲੇਸ ਹੈ ਉੱਥੇ 30 ਬੰਦਿਆਂ ਦੀ ਤੁਸੀਂ ਗੈਦਰਿੰਗ ਕੀਤੀ ਹੋਈ, ਉੱਥੇ ਹੀ ਕਰੋਨਾ ਹੈ। ਸਾਡੇ ਕੰਮ ਖੋਲ੍ਹੋ, ਅਸੀਂ ਕੈਪਟਨ ਸਰਕਾਰ ਉਹਦੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਾਡੇ ਕੰਮ ਖੋਲ੍ਹੋ, ਸਾਡੇ ਘਰ ਦੇ ਹਾਲਾਤ ਦੇਖੋ। ਅਸੀਂ ਕਹਿੰਦੇ ਰੂਲ ਬਣਾ ਦਿਓ ਸਾਡੇ ਲਈ, ਸਾਡੇ ਲਈ ਰੂਲ ਬਣਾ ਦਿਓ, 200 ਬੰਦਾ ਜੋ ਸਾਨੂੰ ਸ਼ਰਤਾਂ ਨੇ ਕੈਪਟਨ ਸਰਕਾਰ ਦੀਆਂ ਸਾਨੂੰ ਸਿਰ ਮੱਥੇ ਕਬੂਲ ਆ ਜੀ, ਅਸੀਂ ਕਬੂਲ ਕਰਾਂਗੇ, ਪਰ ਸਾਡੇ ਕੰਮ ਖੋਲ੍ਹੇ ਜਾਣ ਜੀ, ਸਾਡੇ ਹੱਥ ਜੋੜ ਕੇ ਬੇਨਤੀ ਹੈ ਕੈਪਟਨ ਸਰਕਾਰ ਦੇ ਮੂਹਰੇ, ਅਸੀਂ ਇਸ ਤੇ ਬਿਲਕੁਲ ਬੇਰੁਜ਼ਗਾਰ ਹੋ ਕੇ ਬੈਠੇ ਹੋਏ ਆ, ਸਾਡੇ ਕੰਮ ਖੋਲ੍ਹੇ ਜਾਣ ਜੀ, ਸਾਡੇ ਹੱਥ ਜੋੜ ਕੇ ਬੇਨਤੀ ਆ ਜੀ ਕੈਪਟਨ ਸਰਕਾਰ ਦੇ ਮੂਹਰੇ, ਸੋ ਸਾਡੇ ਸਾਰੇ ਹੀ ਭੈਣਾਂ ਭਰਾਵਾਂ ਦੇ ਸਾਡੇ ਆਰਟਿਸਟ ਲੈਂਦੇ ਆ ਦੇ ਕੰਮ ਖੋਲ੍ਹੇ ਜਾਣ ਜੀ, ਬਸ ਸਾਡੇ ਹੱਥ ਜੋੜ ਕੇ ਬੇਨਤੀ ਆ ਜੀ ਕੈਪਟਨ ਸਰਕਾਰ ਦੇ ਮੂਹਰੇ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਆਲ ਪੰਜਾਬ ਲਾਈਟ ਸਾਊਂਡ ਭੰਗੜਾ ਗਰੁੱਪ ਐਸੋਸੀਏਸ਼ਨ ਵਿਦੇਸ਼ ਸਾਰੇ ਟੀਮ ਅੱਜ ਇੱਕ ਬਹੁਤ ਵੱਡਾ ਰੋਸ ਮਾਰਚ ਕੱਢਿਆ ਗਿਆ ਸੀ 28 ਤਰੀਕ ਲਈ, ਅਤੇ ਅੱਜ ਸਾਰੇ ਪੰਜਾਬ ਨੇ ਇੱਕ ਪਰਿਵਾਰ ਦੀ ਤਰ੍ਹਾਂ, ਸੰਗਠਨ ਦੀ ਤਰ੍ਹਾਂ ਸਾਥ ਦਿੱਤਾ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦਿਲੋਂ। ਅੱਜ ਮੈਂ ਕਹਿੰਦਾ ਵੀ ਅੱਜ ਤੱਕ ਪੰਜਾਬ 'ਚ ਐਡਾ ਇਕੱਠ ਨਹੀਂ ਹੋਇਆ ਹੋਣਾ ਜੋ ਅੱਜ ਕੀਤਾ ਇਸ ਸਾਰੇ ਪਰਿਵਾਰ ਨੇ। ਅਤੇ ਮੈਂ ਫਿਰ ਤੋਂ ਆਪਦੇ ਸਾਰੇ ਭਰਾਵਾਂ ਦਾ, ਜੋ ਭੈਣਾਂ ਦਾ, ਜੋ ਵੀ ਆਈਆਂ ਠੀਕ ਹੈ ਇੱਥੇ ਪਹੁੰਚੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਐਡਾ ਵੱਡਾ ਇਕੱਠ ਅਤੇ ਕੈਪਟਨ ਬਹੁਤ, ਸਰਕਾਰ ਬਹੁਤ ਜਲਦੀ ਕੰਮ ਖੋਲੂਗੀ, ਇੱਕ ਵੱਡਾ ਵਿਸ਼ਵਾਸ ਦਿੱਤਾ ਗਿਆ ਐਡੇ ਇਕੱਠ ਨੂੰ ਮੱਦੇਨਜ਼ਰ ਰੱਖਦੇ। ਅਤੇ ਅੱਜ ਤੋਂ ਇਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦੇਣੀ ਚਾਹੁੰਦਾ ਵੀ ਤੁਹਾਨੂੰ ਇੱਕ ਐਡਾ ਰੋਸ ਮਾਰਚ ਕਰ ਕੀਤਾ ਅਤੇ ਅੱਜ ਤੁਹਾਡਾ ਕੰਮ ਬੜੀ ਜਲਦੀ ਖੁੱਲੂਗਾ। ਇਹ ਕਿਹਦੇ ਕਾਰਨ? ਇਹ ਤੁਹਾਡੇ ਸਾਰਿਆਂ ਦੇ ਸਾਥ ਦੇ ਕਾਰਨ, ਇੱਕ ਪਰਿਵਾਰ ਦੇ। ਨਵੀਆਂ ਨਵੀਆਂ ਗਤੀਵਿਧੀਆਂ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਹਾਂ, ਬੈਲ ਵਾਲਾ ਆਇਕਨ ਜ਼ਰੂਰ ਦਬਾਓ। ਧੰਨਵਾਦ।